ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਲਾਬ ਸਿੰਘ ਸ਼ਹੀਦ, ਟ੍ਰੈਫਿਕ ਵਾਰਡਨ, ਪਾਕਿਸਤਾਨ ਦਾ ਪਹਿਲਾ ਸਿੱਖ ਪੁਲਿਸ ਅਫਸਰ ਹਾਂ ਮੈਂ। ਮੇਰੇ ਨਾਲ ਇਹ ਸਲੂਕ ਕੀਤਾ ਗਿਆ ਕਿ ਜਿਹੜੇ ਡਾਕੂਆਂ ਚੋਰਾਂ ਨਾਲ ਕੀਤਾ ਜਾ ਰਿਹਾ, ਮੈਨੂੰ ਮੇਰੇ ਘਰ ਤੋਂ ਘਸੀਟ ਕੇ ਕੱਢਿਆ ਗਿਆ ਅਤੇ ਮੇਰੇ ਘਰ ਨੂੰ ਤਾਲੇ ਲਾ ਦਿੱਤੇ ਗਏ ਨੇ। ਤਾਰਕ ਵਜ਼ੀਰ ਜੋ ਕਿ ਐਡੀਸ਼ਨਲ ਸੈਕਟਰੀ ਔਕਾਫ ਹੈ ਅਤੇ ਤਾਰਾ ਸਿੰਘ ਜੋ ਕਿ ਐਕਸ ਪ੍ਰੈਜ਼ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਹੈ, ਉਹਨਾਂ ਨੇ ਕੁਛ ਬੰਦਿਆਂ ਨੂੰ ਖੁਸ਼ ਕਰਨ ਦੀ ਖਾਤਰ ਇਹ ਕੰਮ ਕੀਤਾ ਗਿਆ। ਅਗਰ ਮੇਰੇ ਘਰ ਮੇਰੇ ਕੋਲ ਹਾਈਕੋਰਟ ਅਤੇ ਸੁਪਰੀਮ ਅਤੇ ਸਿਵਲ ਕੋਰਟ ਅਤੇ ਸੈਸ਼ਨ ਕੋਰਟ 'ਚ ਮੇਰੇ ਕੇਸ ਵੀ ਚੱਲ ਰਹੇ ਨੇ। 240 ਕਿੰਨਾ 16 ਮਹੱਲੇ ਦੀ ਇਹ ਪੂਰੇ ਜਗ੍ਹਾ ਹੈਗੀ ਜਿੱਥੇ ਪੂਰਾ ਪਿੰਡ ਆਬਾਦ ਹੈ। ਸਿਰਫ ਮੈਨੂੰ ਹੀ ਨਿਸ਼ਾਨਾ ਬਣਾ ਕੇ ਮੇਰਾ ਘਰ ਖਾਲੀ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਮੇਰੇ ਸਿਰ 'ਤੇ ਪਗੜੀ ਵੀ ਨਹੀਂ ਹੈ, ਮੇਰੀ ਪਗੜੀ ਵੀ ਖੋਹ ਕੇ ਲੈ ਗਏ ਨੇ ਅਤੇ ਮੈਨੂੰ ਵਾਲਿਆ ਮੇਰੇ ਕੇਸ ਵੀ ਪੁੱਟੇ ਨੇ ਉਹਨਾਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਤੁਹਾਡੇ ਅੱਗੇ ਅਪੀਲ ਕਰਦਾ, ਮੇਰੀ ਵੱਧ ਤੋਂ ਵੱਧ ਮਦਦ ਕਰੋ ਅਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ, ਪੂਰੀ ਦੁਨੀਆ ਨੂੰ ਦੱਸੋ ਕਿ ਪਾਕਿਸਤਾਨ 'ਚ ਸਿੱਖਾਂ ਨਾਲ ਕੀ ਜ਼ੁਲਮ, ਕੀ ਜ਼ਿਆਦਤੀ ਹੋ ਰਹੀ ਹੈ। ਤਾਰਕ ਵਜ਼ੀਰ ਦੋ ਬੰਦਿਆਂ ਨੂੰ ਖੁਸ਼ ਕਰ ਰਿਹਾ, ਫਿਰ ਫੋਰ ਅਗਰ ਮੇਰਾ ਘਰ ਨਾ ਖਾਲੀ ਕੀਤਾ ਤਾਂ ਮੈਂ ਉਹਨਾਂ ਦੋਨਾਂ ਬੰਦਿਆਂ ਦਾ ਨਾਂ ਲਵਾਂਗਾ। ਸਰ ਪੂਰੀ ਦੁਨੀਆ ਨੂੰ ਦੱਸਾਂਗੇ ਉਹ ਦੋ ਬੰਦੇ ਕੌਣ, ਉਹ ਕੀ ਕੰਮ ਕਰਦੇ ਨੇ ਅਤੇ ਕਿਸ ਕਿਸ ਉਹਨਾਂ ਨੂੰ ਕੀ ਤਬਾਹੀ ਮਚਾਉਂਦੇ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਰਿਵਾਰ ਹੈ ਜਿਹੜਾ ਸਾਨੂੰ ਬਾਹਰ ਕੱਢਿਆ, ਜਿਸ ਦਿਨ ਸਾਡੇ ਵਾਲ ਖੁੱਲੇ ਸੀ, ਮੇਰੇ ਵਾਲ ਮੈਨੂੰ ਵਾਲਾਂ ਤੋਂ ਖਿੱਚਿਆ, ਉਹਨਾਂ ਨੇ ਮੇਰੀ ਪਗੜੀ ਲਾ ਤੀ, ਮੇਰੇ ਬਹੁਤ ਜ਼ਿਆਦਾ ਕੀਤੀ ਗਈ ਹੈ। ਪੂਰੀ ਪੂਰੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੀ ਕੇਸਾਂ ਦੀ ਬੇਅਦਬੀ ਕੀਤੀ ਜਾਵੇ, ਵੱਧ ਤੋਂ ਵੱਧ ਸੰਗਤਾਂ ਨੂੰ ਚਾਹੀਦਾ ਕਿ ਔਕਾਫ ਦੇ ਖਿਲਾਫ਼ ਇਹ ਗੱਲ ਚੱਕੀ ਜਾਵੇ ਕਿ ਕਿਉਂ ਇਸ ਤਰ੍ਹਾਂ ਕੀਤਾ ਗਿਆ। ਅਗਰ ਮੈਂ ਘਰ ਖਾਲੀ ਕਰਨਾ ਸੀ, ਮੈਨੂੰ ਨੋਟਿਸ ਕਰਦੇ, ਔਕਾਫ ਦੀ ਜਗ੍ਹਾ ਹੀ ਨਹੀਂ ਹੈਗੀ। ਸਿਰਫ ਔਰ ਸਿਰਫ ਔਕਾਫ ਤਾਰਾ ਸਿੰਘ ਦੀ ਕਰਪਸ਼ਨ ਨੂੰ ਛੁਪਾ ਰਹੇ ਨੇ। ਕਰੋੜਾਂ ਰੁਪਏ ਤਾਰਾ ਸਿੰਘ ਨੇ 2016 'ਚ ਵੀ ਮੈਂ ਕਿਹਾ ਇਕੱਠਾ ਕੀਤਾ, ਜਿਹੜਾ ਕਿ ਲੰਗਰ ਹਾਲ ਵਾਸਤੇ, ਉਹ ਮੇਰੇ ਘਰ ਨੂੰ ਲੰਗਰ ਹਾਲ ਸ਼ੋ ਕਰਨ ਵਾਸਤੇ ਇੱਕ ਸਾਰਾ ਕੁਝ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਯਾਰ ਆਪਣੇ ਗੁਰਦੁਆਰਾ ਬੜੀ ਨੀ ਬੜੀ।